ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਪਿਆਰੀ ਗੁਰਸਵਾਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਮਾਇਆ ਦਾ ਚਲਿੱਤਰ ਇਹ ਸਾਖੀ ਸਾਂਝੀ ਕਰਨ ਲੱਗੇ ਹਾਂ ਮਾਇਆ ਕਿਵੇਂ ਆਕੀ ਭਗਤਾਂ ਨੂੰ ਸੰਸਾਰ ਨੂੰ ਕਿਵੇਂ ਆਪਣੀ ਗਲਾਵੀ ਵਿੱਚ ਲੈਂਦੀ ਹੈ ਆਓ ਆਪਾਂ ਇਸ ਸੂਖਮ ਸਾਖੀ ਤੋਂ ਸਿੱਖਿਆ ਲੈ ਕੇ ਜਾਣਨ ਦਾ ਨਿਮਾਣਾ ਜਿਹਾ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਦੱਸਦੇ ਹਨ ਕਿ ਇੱਕ ਸਮੇਂ ਮਾਇਆ ਇਸਤਰੀ ਰੂਪ ਧਾਰਕੀ ਹੱਥਾਂ ਵਿੱਚ ਸੰਗਲ ਤੇ ਜਿਵਰੀ ਲੈ ਕੇ ਜੰਗਲ ਵਿੱਚ ਆਈ ਤੇ ਇੱਕ ਤਪਸਵੀ ਨੂੰ ਮਿਲੀ ਉਹ ਤਪਸਵੀ ਨੇ ਪੁੱਛਿਆ ਕਿ हे ਦੇਵੀ ਤੂੰ ਕੌਣ ਹੈਂ ਇਹ ਹੱਥ ਵਿੱਚ ਸੰਗਲ ਤੇ ਜੇਵਰੀਆਂ ਕਿਸ ਵਾਸਤੇ ਪੜੀਆਂ ਹੋਈਆਂ ਹਨ ਤਾਂ ਮਾਇਆ ਨੇ ਕਿਹਾ हे ਤਪਸਵੀ ਮੈਂ ਮਾਇਆ ਹਾਂ ਜੋ بڑے بڑے ਵਿਰਕਤ ਮਹਾਤਮਾ ਆਪਣੇ ਆਪ ਨੂੰ ਅਖਵਾਉਂਦੇ ਹਨ ਤਿੰਨਾ ਵਾਸਤੇ ਮੈਂ ਇਹ ਸੰਗਲ ਲਿਆਂਦੇ ਹਾਂ ਸੰਤ ਜੀ ਪੁੱਛਦੇ ਹਨ ਪਰ ਜੋ ਛੋਟੇ ਛੋਟੇ ਸੰਤ ਹਨ ਉਹਨਾਂ ਦੇ ਪਸੌਣ ਲਈ ਤੇਰੇ ਪਾਸ ਕੀ ਹੈ ਤਾਂ ਉਹ ਮਾਇਆ ਕਹਿੰਦੀ ਹੈ ਉਹਨਾਂ ਵਾਸਤੇ ਮੇਰੇ ਪਾਸ ਇਹ ਛੂਟੀਆਂ ਜੇਵਰੀਆਂ ਰਸੀਆਂ ਤਾਂ ਤਪਸਵੀ ਨੇ ਕਿਹਾ ਮੇਰੇ ਵਾਸਤੇ ਕੀ ਲਿਆਂਦਾ ਈ ਮਾਇਆ ਨੇ ਕਿਹਾ ਤੇਰੇ ਜਿਹੇ ਸੰਤਾਂ ਨੂੰ ਤੇਰੇ ਵਾਸਤੇ ਤਾਂ ਮੈਂ ਕੀ ਲਿਆਉਣਾ ਸੀ ਤੇਰੇ ਉੱਪਰ ਤਾਂ ਰੱਸੀ ਤੋਂ ਬਿਨਾਂ ਹੀ ਮੈਂ ਚੜ੍ਹ ਸਕਦੀ ਹਾਂ ਤੈਨੂੰ ਨਾ ਸੰਗਲਾਂ ਦੀ ਲੋੜ ਹੈ ਨਾ ਹੀ ਰस्सੀਆਂ ਦੀ ਲੋੜ ਹੈ ਤੈਨੂੰ ਇਹਨਾਂ ਤੋਂ ਬਿਨਾਂ ਹੀ ਮੈਂ ਵਸ ਵਿੱਚ ਕਰ ਸਕਦੀ ਹਾਂ ਤਪਸਵੀ ਨੇ ਕ੍ਰੋਧ ਨਾਲ ਆਪਣਾ ਚਿਮਟਾ ਬੜੇ ਜ਼ੋਰ ਨਾਲ ਮਾਇਆ ਦੇ ਮੱਥੇ ਤੇ ਮਾਰਿਆ ਤੇ ਕਹਿਣ ਲੱਗਾ ਮੈਨੂੰ 12 ਸਾਲ ਤਪੱਸਿਆ ਕਰਦੇ ਨੂੰ ਹੋ ਗਏ ਹਨ ਤੂੰ ਮੈਨੂੰ ਛੱਲ ਸਕਦੀ ਹੈ ਤਦੋਂ ਮਾਇਆ ਉਸ ਵੇਲੇ ਛਿਪਣ ਹੋ ਗਈ ਪਰੰਤੂ ਕੁਝ ਮਹੀਨਿਆਂ ਮਗਰੋਂ ਮਾਇਆ ਸੁੰਦਰ ਲੜਕੀ ਦਾ ਰੂਪ ਧਾਰ ਕੇ ਤੇ ਰਾਤ ਵੇਲੇ ਤਪਸਵੀ ਦੀ ਕੁਟਿਆ ਪਾਸ ਆ ਕੇ ਰੋਣ ਲੱਗੀ ਤਪਸਵੀ ਜੀ ਕੁਟਿਆ ਤੋਂ ਬਾਹਰ ਆ ਕੇ ਕਹਿਣ ਲੱਗਾ हे ਦੇਵੀ ਤੂੰ ਕੌਣ ਹੈ ਤੇ ਤੂੰ ਕਿਉਂ ਰੁਦਨ ਕਰਦੀ ਹੈ ਮਾਇਆ ਨੇ ਕਿਹਾ ਜੀ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਨਾਨਕਿਆਂ ਦੇ ਨਗਰ ਜਾ ਰਹੀ ਸਾਂ ਤੇ ਮੇਰੇ ਮਾਤਾ ਪਿਤਾ ਅੱਗੇ ਨਿਕਲ ਗਏ ਹਾਂ ਤੇ ਮੈਂ ਇਕੱਲੀ ਰਹਿ ਗਈ ਹਾਂ ਮੈਂ ਸੁਣਿਆ ਹੋਇਆ ਹੈ ਕਿ ਸੰਤ ਮਹਾਤਮਾ ਦਇਆਵਾਨ ਪਰਉਪਕਾਰੀ ਹੁੰਦੇ ਹਨ ਤੁਹਾਬ ਜੀ ਕਿਰਪਾ ਕਰਕੇ ਮੈਨੂੰ ਨਾਨਕੇ ਪਹੁੰਚਾ ਦੇਵੋ ਤਪਸਵੀ ਨੇ ਮਨ ਵਿੱਚ ਦਇਆ ਆ ਗਈ ਤਿਸ ਲੜਕੀ ਨੂੰ ਨਾਲ ਲੈ ਕੇ ਤੁਰ ਪਿਆ ਰਸਤੇ ਵਿੱਚ ਮਾਇਆ ਕਹਿਣ ਲੱਗੀ ਆਪ ਜੀ ਮੇਰੀ ਉਂਗਲੀ ਪਕੜ ਲਵੋ ਕਿਉਂਕਿ ਇਸ ਵਿੱਚ ਗਿੱਦੜ ਆਦ ਬੋਲਦੇ ਹਨ ਤੇ ਮੈਨੂੰ ਬੜਾ ਡਰ ਲੱਗਦਾ ਹੈ ਤਾਂ ਤਪਸਵੀ ਨੇ ਉਂਗਲੀ ਪਕੜ ਲਈ ਜਿਸ ਵੇਲੇ ਅੱਗੇ ਗਏ ਤਾਂ ਮਾਇਆ ਨੇ ਆਪਣੀ ਸ਼ਕਤੀ ਨਾਲ ਇੱਕ ਨਦੀ ਰਚ ਦਿੱਤੀ ਮਾਇਆ ਨੇ ਕਿਹਾ ਮੈਂ ਨਦੀ ਵਿੱਚ ਡੁੱਬ ਜਾਵਾਂਗੀ ਮੈਨੂੰ ਆਪ ਜੀ ਆਪਣੇ ਮੋਢਿਆਂ ਪਰ ਚੁੱਕ ਕੇ ਪਾਰ ਲੰਘਾ ਦੇਵ ਤਾਂ ਤਪਸਵੀ ਦੇ ਮਨ ਵਿੱਚ ਦਇਆ ਆਈ ਮਾਇਆ ਨੂੰ ਮੋਢਿਆਂ ਪਰ ਚੁੱਕ ਲੀਤਾ ਜਲ ਡੂੰਗਾ ਸੀ ਜਦ ਨਦੀ ਦੇ ਵਿੱਚ ਕਾਰ ਗਏ ਤਾਂ ਮਾਇਆ ਤਪਸਵੀ ਨੂੰ ਅੱਡੀਆਂ ਮਾਰਦੀ ਹੋਈ ਬੁਰੀ ਤਰ੍ਹਾਂ ਪ੍ਰੇਰਣ ਲੱਗੀ ਅਤੇ ਮੁੱਖੋਂ ਕਿਹਾ ਦੇਖ ਤਪਸਵੀ ਤੈਨੂੰ ਮੈਂ ਸੰਗਲੀ ਤੇ ਜੇਬਰੀ ਤੋਂ ਬਿਨਾਂ ਹੀ ਅੱਜ ਜਿਵੇਂ ਇੱਕ ਗਧੇ ਦੇ ਉੱਪਰ ਚੜੀਦਾ ਹੈ ਇਸ ਤਰ੍ਹਾਂ ਤੇਰੇ ਉੱਪਰ ਚੜੀ ਬੈਠੀ ਹਾਂ ਤਪਸਵੀ ਨੇ ਉਸੇ ਵੇਲੇ ਮਾਇਆ ਨੂੰ ਥੱਲੇ ਸਿੱਟ ਦਿੱਤਾ ਉਸ ਵੇਲੇ ਨਾ ਹੀ ਮਾਇਆ ਰਹੀ ਤੇ ਨਾ ਹੀ ਕੋਈ ਉਥੇ ਨਦੀ ਰਹੀ ਤਪਸਵੀ ਅਸਰਜ ਹੋ ਕੇ ਸੋਚੀ ਪੈ ਗਿਆ ਕਿ ਇਹ ਕੀ ਹੋ ਗਿਆ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਲਸੀਦਾਸ ਜੀ ਲਿਖਦੇ ਹਨ ਕਿ ਜੋ ਕੁਝ ਵੀ ਸਾਨੂੰ ਅੱਖਾਂ ਨਾਲ ਦਿਖ ਰਿਹਾ ਹੈ ਇਹ ਸਾਰਾ ਕੁਝ ਮਾਇਆ ਹੈ ਜਿਸ ਦਿਨ ਇਹਨਾਂ ਅੱਖਾਂ ਨਾਲ ਸਾਨੂੰ ਬਾਹਰੀ ਜਿਹੜਾ ਆਕਾਰ ਆ ਉਹ ਦਿਸਣਾ ਬੰਦ ਹੋ ਗਿਆ ਉਹਦੇ ਵਿੱਚ ਜੋਤ ਦਿਸਣ ਲੱਗੀ ਅੰਦਰਲੀਆਂ ਅੱਖਾਂ ਨਾਲ ਬਾਹਰ ਵੇਖਣਾ ਸ਼ੁਰੂ ਕਰ ਦੇਵਾਂਗੇ ਫਿਰ ਉਹ ਨਿਰੰਕਾਰ ਹੈ ਉਹ ਮਾਇਆ ਨਹੀਂ ਉਹ ਵਾਹਿਗੁਰੂ ਹੈ ਸੋ ਕਬੀਰ ਸਾਹਿਬ ਜੀ ਨੇ ਆਪਣੇ ਸ਼ਲੋਕ ਵਿੱਚ ਫਰਮਾਇਆ ਹੈ ਉਹ ਦੱਸਦੇ ਹਨ ਕਿ ਮੇਰੇ ਪਾਸ ਵੀ ਮਾਇਆ ਬੜੇ ਰੂਪ ਧਾਰ ਕੇ ਆਈ ਭਗਤ ਕਬੀਰ ਸਾਹਿਬ ਫਰਮਾਉਂਦੇ ਹਨ ਕਬੀਰ ਆਈ ਮੁਝਹਿ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ਼ ਕਹਿੰਦੇ ਸਾਡੇ ਕੋਲ ਵੀ ਆਈ ਸੀ ਮਾਇਆ ਪਰ ਅਸੀਂ ਓਨੂੰ ਆਦੇਸ਼ ਦੇ ਦਿੱਤਾ ਕਿ ਤੂੰ ਸਾਡੇ ਕੋਲ ਨਹੀਂ ਆਉਣਾ ਕਿਉਂ ਕਬੀਰ ਸਾਹਿਬ ਨੇ ਪੁੱਤਰ ਕਮਾਲੇ ਨੂੰ ਕਿਹਾ ਸੀ ਕਿ ਜਦੋਂ ਮਾਇਆ ਆਵੇ ਇੱਕ ਟੋਕਾ ਕੋਈ ਦਾਤਰ ਮੇਰੇ ਪਾਸ ਲਿਆ ਕੇ ਫੜਾ ਦੇਵੀਂ ਪਿਤਾ ਜੀ ਕੀ ਕਰਨਾ ਹੈ ਕਹਿਣ ਲੱਗੇ ਆ ਮਾਇਆ ਵਾਰ-ਵਾਰ ਆਉਂਦੀ ਹੈ ਨਵੇਂ-ਨਵੇਂ ਭੇਖ ਬਣਾ ਕੇ ਆਉਂਦੀ ਹੈ ਸ਼ਾਇਦ ਭਗਤਾਂ ਕੋਲੋਂ ਪਛਾਣ ਨਾ ਹੋਵਾਂ ਪਰ ਭਗਤ ਪਛਾਣ ਲੈਂਦੇ ਹੇ ਭਗਤ ਜੀ ਉੱਥੇ ਵੀ ਫਰਮਾਉਂਦੇ ਹਨ 나ਕੋ ਕਾਟੀ ਕਾਨੋ ਕਾਟੀ ਕਾਟ ਕੂਟ ਕਹਿ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਸੰਤਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ ਮਾਇਆ ਨਾਮ ਦਾ ਹੀ ਜਸ ਹੈ ਨਾਮ ਦਾ ਹੀ ਪ੍ਰਤਾਪ ਹੈ ਦੁਨੀਆਂ ਦੇ ਲੋਕ ਲਿਲਕੜੀਆਂ ਲੈਂਦੇ ਹਨ ਕਿਸੇ ਤਰ੍ਹਾਂ ਮਾਇਆ ਧੋਖਾ ਕਰਕੇ ਕਿਸੇ ਦਾ ਕਤਲ ਵੀ ਕਰਨਾ ਪੈ ਜਵੇ ਕਤਲ ਕਰਕੇ ਕਿਸੇ ਦਾ ਦਿਲ ਦਿਖਾਉਣਾ ਪੈ ਜਵੇ ਦਿਲ ਦੁਖਾ ਕੇ ਸਾਡੇ ਸਾਡੇ ਬੋਝਿਆਂ ਵਿੱਚ ਸਾਡੀਆਂ ਪੌਕਟਾਂ ਪੈਸੇ ਨਾਲ ਭਰੀਆਂ ਰਹਿਣ ਇਹ ਦੁਨੀਆ ਦਾ ਸੁਭਾਅ ਹੈ ਪਰ ਦੁਨੀਆ ਕੋਲੇ ਜਾਂਦੀ ਨਹੀਂ ਸੰਤਾਂ ਦੇ ਪਿੱਛੇ ਪਿੱਛੇ ਦੂਰੀ ਫਿਰਦੀ ਹੈ ਸੋ ਮਾਇਆ ਦੇ ਬਹੁਤ ਜਾਦੇ ਦਾ ਪੇਚ ਹਨ ਜੋ ਬਾਣੀ ਵਿੱਚ ਅਨੇਕਾਂ ਥਾਵਾਂ ਤੇ ਸਤਿਗੁਰੂ ਫਰਮਾਉਂਦੇ ਹਨ ਪੁੱਲਾ ਨਾ ਚਤਾਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ